अंकल जी सत श्री अकाल। सत श्री अकाल, की हाल चाल ने? ठीक हो? ठीक है महाराज, शुक्र है। मैं उधर नु आना, उधर नु आना। वाह जी, शुक्र है। होर अंकल जी ठीक हो? ठीक है पुत्र, ठीक है। वाह, सत श्री अकाल आंटी जी, सत श्री अकाल। आ जा लाडी, आ जा। वाह अंकल जी, आ फिर की आ दिवाली दी मुबारक दे रहे हैं? दिवाली दा समान है जी। अच्छा, दिवाली दा समान है। की किया थोड़े कोले? हां, हटड़ियां है। हटड़ियां जी, तो पूजा करते होंदे है ना? हां, दीवे आ, फुलियां है, मोमबत्तियां है। ਇਸ ਤਰ੍ਹਾਂ ਕਰਕੇ ਕਿੰਨੇ ਘੰਟੇ ਹੋ ਗਏ ਲਾਏ ਨੂੰ? ਚਾਰ ਪੰਜ ਘੰਟੇ ਹੋ ਗਏ ਚਾਰ ਪੰਜ ਘੰਟੇ। ਓਹੋ, ਗਾਹਕ ਕਿੰਨੇ ਆ ਗਏ? ਗਾਹਕ ਨਹੀਂ ਕੋਈ ਆਇਆ ਜੀ, ਹਜੇ ਬੋਣੀ ਵੀ ਨਹੀਂ ਹੋਈ। ਨਹੀਂ ਹੋਈ, ਬੋਣੀ ਨਹੀਂ ਹੋਈ ਮਾਰਾ। ਇਹ ਅੰਕਲ ਇਹ ਹੁਣੇ ਲਾਇਆ ਜਾਂ ਹਰ ਸਾਲ ਲਾਉਂਦੇ ਹੋ? ਨਹੀਂ, ਹਰ ਸਾਲ ਲਾਈਦੇ। ਹਰ ਸਾਲ ਲਾਉਂਦੇ? ਹਾਂਜੀ। ਕਿੰਨੀ ਉਮਰ ਕਿੰਨੀ ਅੰਕਲ ਆਪਣੀ? ਮੇਰੀ ਉਮਰ ਤਾਂ ਹੈਗੀ ਆ 91 ਸਾਲ। ਕਿੰਨੀ? 91। 91 ਸਾਲ ਹੈ। ਆਪਾਂ ਰੋਡ 'ਤੇ ਲਾਈ ਆ ਆਹ ਮੰਜੀ, ਅਤੇ ਆਪਣੇ ਕੋਲ ਸਮਾਨ ਹੈਗਾ ਦਿਵਾਲੀ ਦਾ, ਤੁਹਾਡੇ ਕੋਲ ਦੀਵੇ ਵੀ ਆ, ਹੈ ਨਾ? ਹਾਂਜੀ, ਤੁਹਾਡੇ ਕੋਲ ਆ ਬੱਤੀਆਂ ਵੀ ਨੇ, ਸਭ ਕੁਛ ਹੈਗਾ। ਆਹ ਖਿਲੌਣੇ ਆ। ਹਾਂ, ਅੰਕਲ ਲੋਕ ਤਾਂ ਉਹ ਦੂਜੇ ਦੀਵੇ ਜਿਹੜੇ ਆਰਟੀਫਿਸ਼ਲ ਹੋ ਗਏ ਉਹ ਲੈਣ ਲੱਗ ਗਏ, ਲੜੀਆਂ ਲਾਉਣ ਲੱਗ ਗਏ, ਇਹ ਕਿਹਨੇ ਲੈਣਾ? ਵੇਖੋ, ਲੈ ਜਾਣਗੇ, ਲੈ ਜਾਣਗੇ, ਲੈ ਜਾਣਗੇ। ਵਾਹ, ਹੈਗਾ ਕਿਸਮਤ 'ਤੇ ਭਰੋਸਾ, ਵੇਖ ਜੂ ਸਮਾਨ। ਕਿਸਮਤ ਵੈਸੇ ਜਿਸ ਤਰ੍ਹਾਂ ਉਸ ਤਰ੍ਹਾਂ ਕਹਿੰਦੇ ਹੁੰਦੇ ਨਾ, ਪਰਮਾਤਮਾ ਨੇ ਜੋ ਲਿਖਿਆ ਉਹ ਮਿਲ ਜਾਣਾ ਹੈ, ਆਪਾਂ ਉਸੇ 'ਤੇ ਵਿਸ਼ਵਾਸ ਹੈ। ਹਾਂ ਆਂਟੀ, ਮੈਂ ਇਹ ਚੀਜ਼ ਨੋਟ ਕੀਤੀ ਆ। ਦੇਖੋ ਤੁਹਾਡੀ ਉਮਰ ਬਹੁਤ ਜ਼ਿਆਦਾ ਮੇਰੇ ਨਾਲੋਂ, ਪਰ ਜੋ ਜੋ ਅਸੀਂ ਸਿੱਖਿਆ ਮੈਂ ਤੁਹਾਨੂੰ ਉਹ ਪੁੱਛਣ ਲੱਗਿਆ, ਦੱਸਣ ਲੱਗਿਆ। ਜਿੱਥੇ ਆਰਟੀਫਿਸ਼ਲ ਚੀਜ਼ਾਂ ਹੁੰਦੀਆਂ ਨਾ, ਉੱਥੇ ਖੁਸ਼ੀਆਂ ਵੀ ਆਰਟੀਫਿਸ਼ਲ ਹੁੰਦੀਆਂ, ਅਤੇ ਜਿੱਥੇ ਅਸਲੀ ਮਿੱਟੀ ਅਸਲੀ ਚੀਜ਼ਾਂ ਨੇ ਅਤੇ ਖੁਸ਼ੀਆਂ ਵੀ ਅਸਲੀ ਹੋਣਗੀਆਂ। ਹੈਂ, ਹਾਂ, ਮਿੱਟੀ ਦੇ ਦੀਵੇ ਚਲਾਣੇ। ਹਾਂ ਦੇਖੋ, ਦੀਵਾਲੀ ਵੀ ਆ, ਬੰਦੀ ਛੋੜ ਦਿਵਸ ਵੀ ਆ, ਇਹ ਹਿੰਦੂ ਮੁਸਲਿਮ ਸਾਰਿਆਂ ਦਾ ਤਿਉਹਾਰ ਸਾਰਾ ਤਿਉਹਾਰ ਹੈ। ਇਹ ਨਾ ਮਹਾਰਾਜ ਨੇ ਵੀ ਇਹ ਸਵੀਕਾਰ ਕੀਤੇ ਆ। ਹਾਂ, ਅੱਛਾ ਅੱਛਾ, ਗੁਰੂ ਨਾਨਕ ਦੇਵ ਜੀ ਨੇ ਵੀ ਇਹ ਦੀਵੇ ਸਵੀਕਾਰ ਕੀਤੇ। ਫਿਰ ਅੰਕਲ ਮੇਰੀ ਗੱਲ ਸੁਣੋ, ਹਾਂਜੀ, ਜੇ ਇਹ ਸ਼ਾਮ ਤੱਕ ਨਾ ਵਿਕੇ ਫਿਰ ਕੀ? ਤਾਂ ਪ੍ਰੋਫਿਟ ਨਹੀਂ ਮਿਲਦੀ। ਨਹੀਂ ਨਹੀਂ, ਪ੍ਰੋਫਿਟ ਜੇ ਨਾਲ ਆਵੇ ਤੇ ਵਿਕ ਜਾਵੇ, ਫਿਰ ਤੁਹਾਨੂੰ ਖੁਸ਼ੀ ਹੋ ਜੂਗੀ? ਪੌੜੀ ਜੀ ਲੱਗੀ ਆ। ਅੱਛਾ, ਦੀਵੇ ਦੀਵੇ ਹੈਗੇ 10 ਰੁਪਏ ਦੀਵੇ, 10 ਰੁਪਏ ਦਾ? ਹਾਂਜੀ। ਇਹ ਕਿੰਨੇ ਕੁ ਦੀਵੇ ਹੈਗੇ ਆਪਣੇ ਕੋਲ? ਇਹ ਦੀਵੇ ਬਥੇਰੇ ਪਏ ਆ ਜੀ। ਇਹ ਆਹ ਕਿੰਨੇ ਕ? ਇਹ ਤਾਂ ਮੈਂ ਗਿਣਤੀ ਨਹੀਂ ਕੀਤੀ ਉਸ ਤਰ੍ਹਾਂ ਹੀ। ਤੁਸੀਂ ਇੱਦਾਂ ਕਰੋ, ਮੈਨੂੰ ਸਮਾਨ ਚਾਹੀਦਾ ਆਪਣੇ ਵਾਸਤੇ, ਠੀਕ ਹੈ? ਮੈਂ ਥੋੜ੍ਹਾ ਥੋੜ੍ਹਾ ਸਮਾਨ ਸਾਰਾ ਲੈ ਲੈਣਾ ਤੁਹਾਡੇ ਕੋਲ, ਠੀਕ ਹੈ? ਬਾਕੀ ਜਿਹੜੀ ਜਨਤਾ ਵੀਡੀਓ ਦੇਖਦੀ ਆ ਨਾ, ਤੁਹਾਨੂੰ ਮੈਂ ਲੋਕੇਸ਼ਨ ਦੱਸ ਦਿੰਦਾ। ਰਾਮਪਾਲ ਪਕੌੜੇ ਵਾਲਾ ਹੈ ਜੀ, ਸ਼ਿਮਲਾਪੁਰੀ, ਉਸ ਤੋਂ ਪਹਿਲਾਂ ਨਿਸ਼ਕਾਮ ਡਿਸਪੈਂਸਰੀ ਹੈ, ਉਸ ਤੋਂ ਇੱਕ ਗਲੀ ਪਹਿਲਾਂ ਭਾਜੀ ਹੁਣ ਬਾਬਾ ਜੀ ਹੁਣੇ ਬੈਠੇ ਆ, ਠੀਕ ਹੈ? ਸਾਹਮਣੇ ਕੀ ਆ, ਇੱਧਰ ਉੱਧਰ ਕੋਈ ਹੋਰ ਲੋਕੇਸ਼ਨ? ਸੁਖਮਨੀ ਕਲੋਥ ਹਾਊਸ ਹੈ ਇੱਧਰ, ਸੁਖਮਨੀ ਕਲੋਥ ਹਾਊਸ ਆ, ਅਤੇ ਉੱਧਰ ਸੰਧੂ ਡੈਰੀ ਆ, ਸੰਧੂ ਡੈਰੀ, GS ਇਲੈਕਟ੍ਰੋਨਿਕ ਦੇ ਸਾਹਮਣੇ ਬੈਠੇ ਨੇ, ਠੀਕ ਹੈ ਜੀ? ਅੰਕਲ ਇੱਦਾਂ ਆ, ਮੈਨੂੰ ਚਾਹੀਦੇ ਆ 20 ਦੀਵੇ, ਹੈਗੇ ਤੁਹਾਡੇ ਕੋਲ? ਲਿਆਓ ਕੱਢੋ ਫਿਰ। ਇਹ 1, 2, ਇਹ 3, ਇਹ 4, ਇਹ 5, ਲਫਾਫਾ ਮੰਗਾਓ ਅੰਕਲ, ਇੱਦਾਂ ਨਹੀਂ ਬਾਲਣੀ ਗੱਲ ਗੱਲ, ਜਾਂ ਬੋਰੀ ਦੇ ਦਿਓ ਕੋਈ, ਇਹ 'ਚ ਨਹੀਂ ਆਉਣੇ, ਵੱਡਾ ਲਫਾਫਾ ਚਾਹੀਦਾ, 7 ਹੋ ਗਏ ਗਿਣੇ ਯਾਰ, 20 ਗਿਣ ਲਾ, ਇੱਧਰ ਸਾਈਡ 'ਤੇ ਕਰੀ ਜਾ, ਆਪਾਂ ਬੋਰੀ ਪਾਵਾਂਗੇ, 7 ਹੋ ਗਏ, 7, 9, ਇਹ ਆ 10, ਬਾਬਾ ਜੀ ਆਹ ਖਿਡੌਣੇ ਜੇ ਕਿੰਨੇ ਪਏ ਆ? ਹਾਂ ਹਾਂ, 20 ਰੁਪਏ ਦਾ ਇੱਕ, 20 ਰੁਪਏ ਦਾ ਇੱਕ, ਕਿੰਨੇ ਪੈਕਟ ਆ? ਗਿਣਤੀ ਨਹੀਂ ਕੀਤੀ, ਉਸ ਤਰ੍ਹਾਂ ਰੱਖੇ। ਹਾਂ ਦੇ ਦਿਓ ਮੈਨੂੰ 10 ਪੈਕਟ, ਦੇ ਦਿਓ 10 ਪੈਕਟ ਮੈਨੂੰ, ਦੇ ਦਿਓ 10 ਪੈਕਟ, ਦੇ ਦਿਓ। ਓਏ ਉਰੇ ਆਓ ਨਿਆਣਿਓ, ਓਏ ਉਰੇ ਆਓ, ਉਰੇ ਆ, ਤੈਨੂੰ ਸਕੂਲੋਂ ਛੁੱਟੀ ਹੋ ਗਈ ਆ, ਉਰੇ ਆ, ਆਹ ਦਿਓ ਜੀ ਮੈਨੂੰ 10 ਪੈਕਟ, ਦਿਓ ਉਰੇ ਆ, ਤੂੰ ਵੀ ਆ, ਤੂੰ ਤਾਂ ਚੱਲ ਆਪਣਾ ਹੀ ਬੰਦਾ। ਇਹ ਅੰਕਲ ਜੀ ਆਹ ਦੇਖੋ, ਆਹ 1, 2, 3, 4, 5, ਨਾ ਲੋੜ ਹੀ ਨਹੀਂ ਪੈਣੀ ਲਿਫਾਫੇ ਦੀ, 5, 6, 7, 8, 9, 10, ਓਏ ਹਿਸਾਬ ਬਣਾ, ਆਹ 20 ਰੁਪਈਏ ਹੋ ਗਏ, ਠੀਕ ਆ? 200 ਰੁਪਈਆ ਹੋ ਗਿਆ, 20 ਰੁਪਏ ਦਾ ਇੱਕ ਨਾ, ਆਹ 200 ਹੋ ਗਿਆ ਤੁਹਾਡਾ, ਠੀਕ ਆ? ਆਹ ਲੈ, ਆਹ ਮੁੰਡਿਆਂ ਨੂੰ ਦੇ ਦੇ ਯਾਰ,
हैप्पी दो आ भी ले आ आ दो आ बालनी है करे ठीक है आ एक दीवा किन्ने दा अंकल दस रुपए का आ दस दीवे मैं कटे ठीक है 300 हो गया थोड़ा ठीक है आ ले आ नाल ले जा ए आ ले भाई एदा बंदा ही घर दा हना आ ले भाई तू भी ले और मुंडिया बुला बच्चा बुला होर आ लो पहला मैं तुहानू 300 रुपया देवा पहला आ छोटे दीवे किवें आ छोटे ए दर्जन 32 रुपए दे अच्छा आ लो आ लो आ 500 आ गया ठीक है ये जेड़ा हुण जेड़ा समान है ना आप मैनू दिओ खिल्लां जी की है ये किन्ने दी आ आ 10 दी 10 लाडी चक यार 10 पैकेट ये भी चक आ भी 10 दी आ वो भी 10 दी आ आ भी लियाओ 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 10 पैकेट कट ला इधरले पासे आपां लग हिसाब बना लिए ए आ मिठे है आ मिठे है ना ये किन्ने दा जी ये भी 10 दा ही आ ए हो गए अपने 5 लिया लिया जल्दी लिया 5 ते 7 आ ले 7 ते 9 एक 10 अंकल हुण अपना 400 हो गया ठीक है ते और की आ किन्ने दी मोमबत्तियां किन्ने दी ओ 10 रुपए अगली जान के ए ओ दे दो 10 वाले ओ 10 लब्बे ओ चक ला आपड़ियां जी 10 वाले ओ अगे वालियां नंदे वालियां मंदे वालियां केड़ी की लिखया हां ले आ ले आ ले आ दिवाली बंट देनी न्याणे फड़ इन दे डब्बी दे एक आ दीवा दे मठियाई दे फुलिया दे चक कह हैप्पी दिवाली अंकल नू कह मेनू को कहना हां चल फिर निकल फिर चलो होर कि न्याणे ਆ ਹੋਰ ਆਪਾਂ ਦੇ ਦਾਂਗੇ ਅੰਕਲ ਤੁਹਾਡਾ 500 ਦਾ ਵਿਕ ਗਿਆ ਸਮਾਨ ਹਾਂਜੀ ਚਲੋ ਇਹ ਤੁਹਾਨੂੰ ਇੱਕ ਛੋਟਾ ਜਿਹਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਦੇਖੋ ਮਿਹਨਤ ਕਰਨ ਦੀ ਉਮਰ ਬਹੁਤ ਆ ਤੁਸੀਂ ਸਾਰੀ ਉਮਰ ਮਿਹਨਤ ਕਰ ਸਕਦੇ ਹੋ ਅੰਕਲ ਜੀ ਦੀ ਉਮਰ 91 ਸਾਲ ਆ ਆਂਟੀ ਤੁਹਾਡੀ ਕਿੰਨੀ ਉਮਰ ਆ 75 ਸਾਲ ਅਤੇ ਤੁਸੀਂ ਹਰ ਸਾਲ ਲਾਉਂਦੇ ਹੋ ਹੈਂ ਅਤੇ ਤੁਹਾਨੂੰ ਖੁਸ਼ੀ ਮਿਲਦੀ ਹੈ ਕੰਮ ਕਰਕੇ ਹੈਂ ਅਤੇ ਗੁਜ਼ਾਰਾ ਕਿਵੇਂ ਕਰਦਾ ਸਹੀ ਚੱਲਦਾ अच्छा 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 तो थोड़ा मतलब वधिया चलता है ना ये आप मतलब चलो ला लो आप शौक न करी जाना है वेले रहने नालों काम किया चंगा हड्ड पैर चलते रहते वधिया है ना वो इनू रोग आ इनू दे यार अंकल एक मिनट आ समान लै जो हलो फ्री है फ्री है आ फ्री है हाँ हलो आ भी लै जा आ भी लै जा आ भी लै जा ए एक आ भी लै जा होर की है आ दे 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 उन्होंने दे हैप्पी दिवाली हो गई ओदी चलो ओ उरिया ओ मेरे उरिया ओ तू दिवाली नहीं मनांदा ओए हैं ओए आ ले इनू भी हैप्पी दिवाली कर दे चक कह हैप्पी दिवाली अंकल नू हाँ खुश होके जाओ सारे जाने गल ये आ ਜਿਹੜੀ ਗੱਲ ਮੈਂ ਪਹਿਲਾਂ ਕਹੀ ਸੀ ਇਹ ਹੈਗੀਆਂ ਅਸਲੀ ਖੁਸ਼ੀਆਂ ਇਹ ਆਪਣੀ ਦੇਸ਼ ਦੀ ਅਸਲੀ ਮਿੱਟੀ ਹੈ ਆਪਣੇ ਪੰਜਾਬ ਦੀ ਆਪਣੇ ਇੰਡੀਆ ਦੀ ਹੈ ਨਾ ਅਸਲੀ ਚੀਜ਼ਾਂ ਮਨਾਓ ਆ ਲੈ ਵੀਰੇ ਉਰਿਆ ਆ ਵੀ ਦੇ ਇਹਨੂੰ ਵੀ ਦੇ ਯਾਰ ਆ ਲੈ ਆ ਮੂੰਹ ਮਿੱਠਾ ਕਰੋ ਯਾਰ ਤੁਸੀਂ ਯਾਰ ਹੈਪੀ ਦਿਵਾਲੀ ਉਹ ਤੇਰਾ ਵਿਕਿਆ ਕੁਛ ਕਿ ਨਹੀਂ ਵਿਕ ਗਿਆ ਆ ਮੋਮਬੱਤੀਆਂ ਦੇਤੀਆਂ ਚਲੋ ਹਾਂ ਹਾਂ ਅਸਲੀ ਤੇਲ ਵੜੂਗਾ ਉਹ ਲਾਈਟਾਂ ਜੀਆਂ ਲਾ ਕੇ ਕਿਆ ਫਾਇਦਾ ਹੈ ਨਾ ਅਸੀਂ 2 ਲੀਟਰ ਦੀ ਤੇਲ ਦੀ ਬੋਤਲ ਲਿਆ ਕੇ ਰੱਖੀ ਘਰ ਅੱਛਾ ਉਹੀ ਲਾਣੀ ਆਪਾਂ ਅਸਲੀ ਤੇਲ ਅਸਲੀ ਬੱਤੀ ਅਸਲੀ ਅੱਗ ਅਸਲੀ ਖੁਸ਼ੀਆਂ ਲੜੀਆਂ ਵੀ ਲਾਈਆਂ ਨੇ ਹਾਂ ਜ਼ਰੂਰੀ ਆ ਹਰੇਕ ਚੀਜ਼ ਜ਼ਰੂਰੀ ਆ ਮਤਲਬ ਜ਼ਰੂਰੀ ਮੈਸੇਜ ਇਹ ਆ ਦੇਖੋ ਅਸੀਂ ਕੋਈ ਇਹ ਨਹੀਂ ਕਰ ਰਹੇ ਕੋਈ ਪ੍ਰਮੋਸ਼ਨ ਨਹੀਂ ਕਰ ਰਹੇ ਅਸੀਂ ਇੱਕ ਇਨਸਾਨੀਅਤ ਦੀ ਪ੍ਰਮੋਸ਼ਨ ਕਰ ਰਹੇ ਹਾਂ ਜੇ ਕੋਈ ਬੰਦਾ ਮਿਹਨਤ ਕਰਦਾ ਨਾ ਤਾਂ ਉਹਦਾ ਸਾਥ ਦੇਣਾ ਚਾਹੀਦਾ ਠੀਕ ਹੈ ਹੁਣ ਅਸੀਂ ਆਹ ਰੋਡ 'ਤੇ ਲਾਏ ਹੋਏ ਆ ਅੰਕਲ ਜੀ ਹੋਣਾ ਨੇ ਆਂਟੀ ਜੀ ਹੋਣਾ ਨੇ ਮੈਂ ਕਹਿੰਦਾ 2-3 ਘੰਟੇ ਹੋ ਗਿਆ ਗਾਹਕ ਨਹੀਂ ਆ ਰਿਹਾ ਹੈ ਨਾ ਵੀਰੇ ਆਹ ਚੀਜ਼ਾਂ ਲਓ ਸਾਡੀਆਂ ਭੈਣਾਂ ਅੱਜ ਮਤਾਵਾਂ ਕੋਈ ਵੀ ਰੋਡ ਸਾਈਡ ਬੈਠਾ ਹੁੰਦਾ ਨਾ ਉੱਥੋਂ ਸਮਾਨ ਲਿਆ ਕਰੋ ਜੇ ਵਿਕ ਜੂਗਾ ਜੇ ਤੁਹਾਡਾ ਤੁਸੀਂ ਇੱਥੋਂ ਆ ਕੇ ਸਮਾਨ ਲੈਣਾ ਚਾਹੁੰਦੇ ਹੋ ਅੰਕਲ ਆਂਟੀ ਨੂੰ ਮਿਲਣਾ ਚਾਹੁੰਦੇ ਹੋ ਆਸ਼ੀਰਵਾਦ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆਉਣਾ ਸ਼ਿਮਲਾਪੁਰੀ ਨਿਸ਼ਕਾਮ ਸੇਵਾ ਨਿਸ਼ਕਾਮ ਡਿਸਪੈਂਸਰੀ ਆ ਉਹ ਤੋਂ ਪਹਿਲਾਂ ਇੱਕ ਗਲੀ ਮੋੜ 'ਤੇ ਬੈਠੇ ਨੇ ਹਾਂਜੀ ਆਂਟੀ ਕੀ ਕਹਿ ਰਹੇ ਸੀ ਤੁਸੀਂ
ਅਸੀਂ ਸਵੇਰੇ ਉੱਠੀਦਾ ਇਸ਼ਨਾਨ ਕਰੀਦਾ ਇਸ਼ਨਾਨ ਕਰਕੇ ਪਾਠ ਕਰੀਦਾ ਨਿਤਨੇਮ ਕਰੀਦਾ ਨਿਤਨੇਮ ਕਰੀਦਾ ਫਿਰ ਮਹਾਰਾਜ ਦੇ ਸਰੂਪ ਰੱਖਿਆ ਉਹ ਵੀਰੇ ਆ ਲੈ ਜੋ ਮਹਾਰਾਜ ਦਾ ਸਰੂਪ ਆ ਲੈ ਜੋ ਉਹ ਹੈਪੀ ਦੀਵਾਲੀ ਦੇ ਦੇ ਯਾਰ ਗੁਰਦੁਆਰੇ ਜਾਈਦਾ ਉਹ ਲੈ ਜੋ ਦੀਵਾਲੀ ਆ ਆਂਟੀ ਇਹੀ ਤਾਂ ਆਪਣਾ ਗੁਰੂ ਸਾਹਿਬ ਨੇ ਇਹੀ ਤਾਂ ਸਿਧਾਂਤ ਦਿੱਤੇ ਨੇ ਆ ਲੈ ਦੂਜੇ ਨੂੰ ਵੀ ਦੇ ਦੇ ਆ ਲੈ ਪੁੱਤ ਦੂਜੇ ਨੂੰ ਵੀ ਫੜਾਇਆ ਉਹ ਦੂਜੇ ਭਾਜੀ ਨੂੰ ਵੀ ਫੜਾ ਦਿਆ ਉਹ ਕੰਮ ਕਰਦੇ ਨਾ ਉਹ ਵੀ ਲਓ ਜੀ ਹੋਰ ਇਹ ਆ ਰਹਿ ਗਿਆ ਆਪਣਾ ਹਨਾ ਹੋਰ ਕੋਈ ਆਊਗਾ ਉਹਨੂੰ ਦੇ ਦਾਂਗੇ ਉਹ ਵੀ ਮਨਾ ਲੈਣਗੇ ਦੀਵਾਲੀ ਇਹਨੂੰ ਦਈਏ ਜਿਹੜਾ ਬੰਦੇ ਨੂੰ ਲੋੜ ਹੋਵੇ ਹਨਾ ਕਹਿੰਦੇ ਆ ਨਾ ਚੀਜ਼ ਉਹਨੂੰ ਦੇਣੀ ਚਾਹੀਦੀ ਜਿਹਨੂੰ ਚੀਜ਼ ਦੀ ਕਦਰ ਹੋਵੇ ਲੈ ਆਪਣੀ ਦੀਵਾਲੀ ਦਾ ਬਣ ਗਈ ਆ ਹੋਰ ਕੋਈ ਦੇਖ ਬੰਦੇ ਨੂੰ ਦੇ ਦੇ ਯਾਰ ਕੋਈ ਰਿਕਸ਼ੇ ਵਾਲਾ ਕੋਈ ਸਾਈਕਲ 'ਤੇ ਜਾਂਦਾ ਨਾ ਜਿਹੜਾ ਹੱਸ ਕੇ ਫੜ ਲਵੇ ਚੀਜ਼ ਉਹਨੂੰ ਫੜਾਈ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਸੀਗਾ ਜਿਹੜੇ ਮਿਹਨਤ ਕਰਦੇ ਆ ਉਹਨੂੰ ਉਹਦਾ ਸਾਥ ਦਿਉ ਫਲ ਤਾਂ ਪਰਮਾਤਮਾ ਨੇ ਉਹਨੂੰ ਵੀ ਦੇ ਦੇਣਾ ਤੁਹਾਨੂੰ ਵੀ ਦੇ ਦੇਣਾ ਹੈ ਨਾ ਆਪਣੇ ਕਰਮ ਆਪਣੇ ਹੱਥ ਹੁੰਦੇ ਆ ਦੀਵਾਲੀ ਮਨਾਉਣ ਦਾ ਹੱਕ ਸਾਰਿਆਂ ਨੂੰ ਆ ਠੀਕ ਹੈ ਅਬ ਦੀਵਾਲੀ ਇਕੱਲੀ ਅਮੀਰਾਂ ਦੀ ਨਹੀਂ ਹੁੰਦੀ ਦੀਵਾਲੀ ਕਦੀ ਗਰੀਬਾਂ ਦੇ ਮਤਲਬ ਇਹ ਨਹੀਂ ਹੁੰਦਾ ਹਾਂ ਆਂਟੀ ਦੀ ਗੱਲ ਸੁਣੀ ਆ ਜੇ ਆਪਣੀ ਜੇਬ 'ਚ ਪੈਸੇ ਆ ਤਾਂ ਰੋਜ਼ ਹੀ ਦੀਵਾਲੀ ਆ ਦੀਵਾਲੀ ਆ ਰੋਜ਼ ਹੀ ਦੁਸਹਿਰਾ ਰੋਜ਼ ਹੀ ਦੀਵਾਲੀ ਆ ਇੱਥੇ ਕਨੇਡਾ ਇੱਥੇ ਅਮਰੀਕਾ ਹਾਂ ਵਧੀਆ ਗੱਲ ਆ ਤੁਹਾਨੂੰ ਦੇਖ ਕੇ ਨਾ ਸਾਨੂੰ ਬਹੁਤ ਸਿੱਖਿਆ ਮਿਲੀ ਕਿ ਸਾਰੀ ਉਮਰ ਆਪਣੇ ਆਪ ਨੂੰ ਕੁਛ ਨਾ ਕੁਛ ਕਰਦੇ ਰਹਿਣਾ ਚਾਹੀਦਾ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਨਾ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ ਮੈਨੂੰ ਬੜੀ ਖੁਸ਼ੀ ਹੋਈ ਅੰਕਲ ਆਂਟੀ ਇਹਨੇ ਨਾ ਮੈਨੂੰ ਕਿਹਾ ਕਹਿੰਦਾ ਅੰਕਲ ਆਂਟੀ ਨਾ ਹਰ ਸਾਲ ਲਾਉਂਦੇ ਆ ਮੈਂ ਕਿਹਾ ਜਿੱਦੇ ਲਾਣਗੇ ਨਾ ਸਭ ਤੋਂ ਪਹਿਲਾ ਗਾਹਕ ਮੈਂ ਹੋਊਂਗਾ ਤੁਹਾਡੀ ਬੋਣੀ ਕਰਾ ਦੀ ਨਾ ਜਮਾ ਬਸ ਹੁਣ ਚੜ੍ਹਦੀ ਕਲਾ ਹੀ ਹੈਗਾ ਮਹਾਰਾਜ ਤਰੱਕੀਆਂ ਬਖਸ਼ਣਗੇ ਨਾਲ ਤੁਹਾਨੂੰ ਵੀ ਨਾਲ ਸਾਨੂੰ ਵੀ ਹੈ ਦੇਖੋ ਸਾਡੇ ਵੀ ਸਾਰਿਆਂ ਦੇ ਚੱਲਦੇ ਹੀ ਰਹਿੰਦੇ ਆ ਪਰ ਇਹ ਹੁੰਦਾ ਕਿ ਪਰਮਾਤਮਾ ਦਾ ਨਾਮ ਜਪਦੇ ਰਹੋ ਭਾਣਾ ਮੰਨੀ ਜਾਓ ਹੈ ਹਰ ਟਾਈਮ ਮੂੰਹ ਦੇ ਉੱਤੇ ਨਾਮ ਵਾਹਿਗੁਰੂ ਦਾ ਨਾਮ ਚੱਲਦਾ ਰਹਿੰਦਾ ਹਾਂ ਸੈਂਚੀਆਂ ਹਾਂ ਗੁਰੂ ਸਾਹਿਬ ਦੀ ਗੁਰਬਾਣੀ ਆ ਹਰ ਵੇਲੇ ਪੜ੍ਹਦੇ ਰਹਿਣਾ ਚਾਹੀਦਾ ਨਾ ਅੱਛਾ ਉਹ ਨਿਆਣੇ ਹੋਰ ਨਹੀਂ ਹੈਗੇ ਯਾਰ ਨਿਆਣਿਆਂ ਨੂੰ ਬੁਲਾਓ ਹੋਰ ਨਹੀਂ ਹੈਗਾ ਇੱਧਰ ਉੱਧਰ ਦੇਖ ਕੋਈ ਨਹੀਂ ਤਾਂ ਐਂ ਕਰ ਇਹ ਨਾ ਤੂੰ ਐਂ ਕਰ ਕੋਈ ਲਿਫਾਫਾ ਲਿਆ ਵੱਡਾ ਘਰੋਂ ਜਾਂ ਇੱਧਰੋਂ ਇੱਥੋਂ ਲਿਫਾਫਾ ਵੱਡਾ ਦੇ ਦੇ ਲਿਫਾਫਾ ਲਿਆ ਆਪਾਂ ਉੱਧਰ ਜਾਣਾ ਨਾ ਬੱਚਿਆਂ ਕੋਲੇ ਅੰਕਲ ਅਸੀਂ ਨਾ ਬੱਚਿਆਂ ਕੋਲੇ ਚੱਲੇ ਹਾਂ ਪਟਾਕੇ ਲੈ ਕੇ ਛੋਟੇ ਛੋਟੇ ਉਹ ਬੱਚੇ ਹਰ ਸਾਲ ਉਮੀਦ ਲਾ ਕੇ ਬੈਠੇ ਹੁੰਦੇ ਆ ਉਹਨਾਂ ਨੂੰ ਵੰਡ ਕੇ ਆਈਦੇ ਆ ਅੰਕਲ ਤੁਹਾਡਾ ਆਸ਼ੀਰਵਾਦ ਮਿਲ ਗਿਆ ਦੁਨੀਆਂ ਦੀ ਸਭ ਤੋਂ ਅਮੀਰੀ ਮਿਲ ਗਈ ਸਾਨੂੰ ਹੋਰ ਨਹੀਂ ਕੁਛ ਚਾਹੀਦਾ ਅੱਛਾ ਨਹੀਂ ਉਹ ਡਿਸਪੈਂਸਰੀ ਤੋਂ ਪਹਿਲਾਂ ਹੀ ਆ 44 ਨੰਬਰ ਗਲੀ ਦੇ ਮੋੜ ਉਹ ਅੰਕਲ ਆਂਟੀ ਦਾ ਫੇਸ ਦੇਖ ਕੇ ਪਛਾਣ ਜਾਣਾ ਉਹਨਾਂ ਨੇ ਲਿਆ ਪੁੱਤ ਲਿਫਾਫੇ ਲਿਆ ਅੰਕਲ ਐਂ ਕਰੋ ਫਿਰ ਇਹਦੇ ਨਾਲ ਤਾਂ ਸਾਡਾ ਸਰਨਾ ਨਹੀਂ ਹੁਣ ਅਸੀਂ ਜਿੱਥੇ ਜਾਣਾ ਹੁਣ ਐਂ ਕਰੋ ਸਮਾਨ ਸਾਨੂੰ ਹੋਰ ਦਿਓ ਆ ਲੈ ਆਹ ਪਹਿਲਾਂ ਸਾਈਡ 'ਤੇ ਰੱਖ ਕੇ ਇੱਧਰ ਅੰਕਲ ਜੀ ਹੁਣ ਇੱਦਾਂ ਆਪਾਂ ਨਾ ਕਿਤੇ ਜਾਣਾ ਉਹਨਾਂ ਨੂੰ ਚਾਹੀਦਾ ਸਮਾਨ ਹੁਣ ਜਿਹੜਾ ਜਿਹੜਾ ਸਮਾਨ ਤੁਹਾਡੇ ਕੋਲ ਹੈਗਾ ਥੋੜ੍ਹਾ ਥੋੜ੍ਹਾ ਸਾਰਾ ਹੀ ਦੇ ਦਿਓ ਹੋਰ ਅਤੇ ਉਹ ਕਾਕੇ ਉਰੇ ਆ ਆਹ 10 ਪੈਕਟ ਆਹ ਚੱਕ ਫੁੱਲੀਆਂ ਦੇ ਹਾਂ ਦੇ ਦਿਓ ਹੋਰ ਹੈਗੇ ਆ ਲਿਆਓ ਲਿਆਓ ਹਾਂ ਗਿਣੀ ਜਾਇਓ ਅੰਕਲ ਆਹ ਦੇਖੋ 2 4 ਨਹੀਂ ਆ 20 ਦਾ ਨਾ 20 ਦਾ ਨਾ 40 50 ਅਤੇ 60 70 80 90 ਪੂਰੇ 100 ਲਿਆ ਹੋਰ ਲਿਆ ਹੋਰ ਲਿਆ ਉਹ ਮੋਮਬੱਤੀਆਂ ਦੇ ਡੱਬੇ ਲਿਆ ਉਹ ਕੋਈ ਨਹੀਂ ਲਿਆ ਬਾਅਦ 'ਚ ਆਹ ਪਹਿਲਾਂ ਆਹ ਦੇ ਦੇ ਹਾਂ ਦੇ ਦੇ 10 ਪੈਕਟ ਦੇ ਦੇ ਹੋਰ 100 ਅੰਕਲ 120 140 160 180 ਅਤੇ ਆਹ ਹੋ ਗਿਆ ਜੀ 200 200 ਹੋ ਗਿਆ ਅਤੇ ਹੋਰ ਕੀ ਸੀਗਾ ਉਹ ਦੀਵੇ ਜੋ ਦੂਜੇ ਲਿਆ ਯਾਰ ਦੀਵੇ ਆਹ ਹੀ ਦੇ ਦੇ ਇਹ 10 ਦਾ ਨਾ ਹਾਂ 10 ਇਹ ਕਿੰਨੇ ਹੋਏ ਸੀ ਆਪਣੇ 200 ਇਹ 10 ਦੀਵੇ ਹੋਰ ਦੇ 1 2 3 4 5 6 7 8 9 ਅਤੇ 10 ਇਹ ਹੋ ਗਿਆ 300 ਹਾਂਜੀ ਠੀਕ ਆ ਆ ਲੈ ਬਈ ਇਹ ਇੱਧਰ ਰੱਖ ਦਿੰਦੇ ਹਾਂ ਇੱਕ ਲੋ ਇੱਕ ਹੋਰ ਲਿਫਾਫਾ ਲਿਆ ਲਿਆ ਬਈ ਆਹ ਕਿੰਨੇ ਦੀ ਆ ਆਂਟੀ ਆਹ ਆਹ 20 ਦੀ ਆ ਨਾ 1 2 2 ਗਈਆਂ ਵਿੱਚ 2 4
ते पांच छे सात आठ नौ दस ठीक है, दस आ हो गई, 302 हो गया, 500 का समान हो गया ठीक है। लिया वंटी आप ही दे दो, होर एक दस दे दो, ये भी है एक ना लियाओ जी, लिया चार पांच छे सत्त अठ नौ ते आ दस ठीक है। ये तुहाडा 700 रुपया हो गया, आ फड़ इहनू हुण असली जगह ते पहुंचा देना, जिहनूं लोड आ ना उहदे कोल पहुंचा देना आपां, ते महाराज भला करन। ऐ करिए फिर आपां ना पूरे कर लईए पैसे, मोमबत्तियां दा चल लई। आ किन्ने दा जी आह? ये भी 20 दा, 100 चार 900 हो गया, किसे ते कम आ जाणगियां 900 ते ए ए तुसी रखो, पता क्यों ए फिर बिक जाणगियां ना, कोई 10 वाली भी लैण आ जांदा हैगियां ने, बाल लिया के रखो फिर ए बिक जाणी। आ देखो तुहाडा 500 पूरा हो गया, हां जी ठीक है, 400 दा होया सी, आ 5 होर पाते। नहीं 500 होया ही ते आ वखरा, नहीं नहीं अंकल 300 ओहो, हां ठीक है 400 ए ना सॉरी पूरा 900 हो गया सीगा, आ 100 पा के पूरा 1000 हो गया तुहाडा, 1000 हो गया हुण पूरा ठीक है। शाम तक तुसीं हुण जल्दी जल्दी वेच के ना घरां नूं जाओ, दिवाली मनाओ, आ लो ठीक है अंकल। बड़ा मजा आया तुहानूं मिल के अंकल, अज इहनूं हुण जिहनूं लोड आ ना आपां उत्थे पहुंचा देंगे। लो जी वीडियो देखण वाले दा धन्नवाद, आ असीं समां अपनी शॉपिंग हो गई दिवाली दी, हुण असीं चले आं इक होर नवां सरप्राइज नवीं वीडियो दे नाल। अगली वीडियो भी जरूर देखियो, तो आप चाहते हैं कि जी दिवाली है ना हर बंदा मनावे, हर बंदा खुश हो, जिमें आ खुश है ना, अज खुश है पूरा, मैं पूरा खुश है, पटाके तो नहीं चलाने, तो खुशी वंड के खुशी, देखो खुशी मनानी चाहिए है, किस्मत जड़ियाँ किस्मत दियाँ खेडा ने ना वो अपना रंग दिखाई जा रही ने, परमात्मा सारे चढ़ती कला वक्त। चंगा अंकल जी फिर सत श्री अकाल, आशीर्वाद चाहिए मैं, आशीर्वाद दो, वो यार समान रह गया, आशीर्वाद दो पहला आशीर्वाद।